ਨਹੀਂ ਸੀ। ਅੱਲਾ ਜਾਣਦਾ ਕੋਈ ਖੂਹਾਂ ਨਾਲ ਬੱਚੀਆਂ ਦਾ ਭਰਿਆ ਪਿਆ ਸੀ। ਉਹਨਾਂ ਆਖਣਾ ਵੀ ਅਸੀਂ ਇਹਦੇ 'ਚ ਨਹੀਂ ਲੁੱਟਾਉਣੀ ਅਤੇ ਅਸੀਂ ਖੂਹ 'ਚ ਛਾਲਾਂ ਮਾਰਤੀ ਜਾਂ ਦਰਿਆ 'ਚ ਛਾਲਾਂ ਮਾਰ ਕੇ ਦਿੱਤੀ। ਏਡੀ ਵੈਲੂ ਅਤੇ ਮੈਂ ਇਕੱਲਾ ਹੋਣਾ ਹੈ, ਠੀਕ ਆ। ਉਹ 100-200 ਬੰਦਾ ਸੀ, ਉਹਨਾਂ ਮੇਰੇ ਦਾਦੇ ਨੂੰ ਉੱਥੇ ਸ਼ਹੀਦ ਕਰ ਦਿੱਤਾ। ਅਤੇ ਮੇਰੀ ਫਿਰ ਦਾਦੀ ਸੀ ਉਸ ਵਕਤ, ਉਹਨੇ ਫਿਰ ਬੜਾ ਹਾੜਾ ਉਹਨਾਂ ਦਾ ਕੱਢਿਆ ਵੀ ਬੰਦਾ ਤੁਸੀਂ ਮੇਰਾ ਮਾਰ ਦਿੱਤਾ ਅਤੇ ਮੈਂ ਕਿਹਦੇ ਸਾਰੇ ਜੀਵਾਂਗੇ, ਜਾਂ ਤਾਂ ਪਹਿਲਾਂ ਮੈਨੂੰ ਮਾਰੋ ਅਤੇ ਮੈਂ ਮੇਰਾ ਪੋਤਾ ਜੇ ਤੁਸੀਂ ਛੱਡਣਾ ਅਤੇ ਮੈਂ ਮੈਨੂੰ ਇੱਦਾਂ ਕਰੋ ਵੀ ਮੇਰਾ ਪੋਤਾ ਛੱਡ ਦਿਓ, ਮੈਂ ਇਹਦੇ ਸਹਾਰੇ ਜ਼ਿੰਦਗੀ ਬਸਰ ਕਰ ਲਵਾਂਗੀ। ਉਹ ਫਿਰ 10 ਤੋਲੇ ਸੋਨਾ ਦਿੱਤਾ, ਕਿਲੋ ਚਾਂਦੀ ਦਿੱਤੀ, 500 ਰੁਪਈਆ ਦਿੱਤਾ। ਅੱਛਾ, ਫਿਰ ਉਹਨਾਂ ਮੇਰੀ ਜਾਨ ਛੱਡੀ। ਕਹਿੰਦਾ ਸਹਿ ਸਹਿ ਜੋੜ ਸੰਗਤ ਦੇ ਡਿੱਠੇ, ਇਹ ਸਹਿ ਸਹਿ ਜੋੜ ਸੰਗਤ ਦੇ ਡਿੱਠੇ ਤੇ ਆਖਰ ਬਿੱਥਾਂ ਪਈਆਂ, ਉਹ ਜਿਨ੍ਹਾਂ ਛਕਰਾਂ ਤੋਂ ਪਾਲਣਾ ਜੀਵਾਂ ਤੇ ਉਹ ਛਕਰਾਂ ਵੀ ਯਾਦ ਨਾ ਰਹੀਆਂ। ਬੇਲੀ ਬੇਲੀ ਹਰ ਕੋਈ ਆਖੇ, ਬੇਲੀ ਬੇਲੀ ਹਰ ਕੋਈ ਆਖੇ ਤੇ ਮੈਂ ਵੀ ਆਖਾਂ ਬੇਲੀ, ਉਸ ਵੇਲੇ ਦਾ ਕੋਈ ਨੀ ਬੇਲੀ ਤੇ ਜਦੋਂ ਜਾਂਦੀ ਜਾਨ ਅਕੇਲੀ, ਸੱਜਣਾ ਬਾਜ ਮੁਹੰਮਦ ਬਖਸ਼ਾ ਤੇ ਸੁਣੀ ਰਹੀ ਹਵੇਲੀ। ਸਭ ਤੋਂ ਪਹਿਲੇ ਜੀ ਤੁਹਾਨੂੰ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ, ਰਹਿਮਤ ਖੁਦਾ ਦੀ। ਕੀ ਨਾਂ ਜੀ ਆਪਣਾ? ਅੱਲਾ ਰੱਖਾ ਮੇਰੇ ਨਾਂ ਜੀ। ਅੱਲਾ ਰੱਖਾ ਜੀ, ਅੱਲਾ ਰੱਖਾ ਜੀ। ਤੁਹਾਡੇ ਅੱਬਾ ਜੀ ਦਾ ਕੀ ਨਾਂ? ਰਹਿਮਤ ਅਲੀ। ਰਹਿਮਤ ਅਲੀ। ਅਤੇ ਆਪਣੀ ਬਰਾਦਰੀ ਕਿਹੜੀ? ਜੱਟ ਬਰਾਦਰੀ। ਜੱਟ। ਅਤੇ ਗੋਤ ਤੁਹਾਡੀ? ਵਿਦੇਸ਼ੇ। ਹਾਂਜੀ, ਵਿਦੇਸ਼ੇ। ਵਿਦੇਸ਼ੇ। ਅਤੇ ਤੁਸੀਂ ਇਸ ਵਕਤ 82 ਚੱਕ ਬਲਾਕੀ ਵਾਲਾ ਰਹਿੰਦੇ? ਹਾਂ, 82 ਬਲਾਕੀ ਆ ਜਿਹੜੀ। ਅੱਛਾ, ਇੱਥੇ ਰਹਿੰਦੇ ਜੀ। ਅੱਛਾ, ਅਤੇ ਅਸੀਂ ਇੰਡੀਆ 'ਚੋਂ ਆਏ ਹਾਂ। ਅੱਛਾ, ਮਾਸ਼ਾਅੱਲਾ। ਤੇ ਇੰਡੀਆ ਵਿੱਚ ਕਿਹੜਾ ਪਿੰਡ ਸੀ ਆਪਣਾ? ਆਪਣਾ ਸਾਡਾ ਪਿੰਡ ਸੀ ਨਾਹਰ ਤਲਵੰਡੀ। ਨਾਹਰ ਤਲਵੰਡੀ। ਨਾਹਰ ਤਲਵੰਡੀ। ਅੱਛਾ, ਤੁਹਾਡੇ ਲੈਣ ਤੋਂ ਇੱਧਰ ਹੋ ਜਾਈਏ ਤੇ ਫਤਿਹਗੜ੍ਹ ਆ ਜਾਂਦਾ ਸੀ। ਅੱਛਾ, ਇੱਧਰ ਹੋ ਜਾਈਏ ਤੇ ਅੰਮ੍ਰਿਤਸਰ ਆ ਜਾਂਦਾ ਸੀ। ਠੀਕ ਹੋ ਗਿਆ। ਅੰਮ੍ਰਿਤਸਰ ਦੀਆਂ 3 ਤਹਿਸੀਲਾਂ ਸੀ। ਅੱਛਾ, ਤੇ ਜਿਹੜੀ ਸਾਡੀ ਤਹਿਸੀਲ ਸੀ ਉਹ ਅਜਨਾਲਾ ਸੀ। ਅਸੀਂ ਉੱਥੇ ਰਹਿੰਦੇ ਸੀ। ਅਸੀਂ ਪਹਿਲਾਂ ਬੋਲਿਆ ਵੀ ਇਹ ਅੰਮ੍ਰਿਤਸਰ ਜਿਹੜਾ ਨਾ ਇਹ ਇੱਥੇ ਰਹਿਣਾ ਵਾ ਆਪਣਾ, ਇਹ ਇੰਡੀਆ ਜੇ ਪਾਕਿਸਤਾਨ ਦਾ ਨਾਂ ਬੋਲੇ ਨਾ 5-4 ਜ਼ਿਲ੍ਹੇ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਅਤੇ ਅਸ਼ਾਦਪੁਰ ਜਲੰਧਰ, ਇਹ ਸਾਰੇ ਬੋਲੇ 5 ਜ਼ਿਲ੍ਹੇ। ਅੱਛਾ, ਬਸ ਫਿਰ ਅਸੀਂ ਬਾਅਦ 'ਚ ਉੱਜੜੇ, ਜਿਹੜੇ ਡੰਗਰ ਸੀ ਅਸੀਂ ਇੱਕ ਸਾਈ ਰੱਖਿਆ ਸੀ ਉਹਨੂੰ ਦੇ ਦਿੱਤਾ, ਉਹਨੂੰ ਅਸੀਂ ਦੇ ਦਿੱਤੇ। ਅਤੇ ਬਾਅਦ 'ਚ ਫਿਰ ਅਸੀਂ ਮੇਰੀ ਵਾਲਦਾ ਜਦੋਂ ਜਸਾ ਪਿਆ। ਅੱਛਾ ਬਜ਼ੁਰਗ, ਤੁਸੀਂ ਆਪਣੇ ਪਿੰਡ ਦਾ ਨਾਂ ਦੱਸਦੇ ਪਏ, ਕੀ ਨਾਂ ਦੱਸਿਆ ਪਿੰਡ ਦਾ? ਨਾਹਰ ਤਲਵੰਡੀ। ਨਾਹਰ ਤਲਵੰਡੀ। ਹਾਂ, ਇਹ ਮੁਸਲਮਾਨਾਂ ਦਾ ਹੀ ਪਿੰਡ ਸੀ ਸਾਰਾ? ਨਹੀਂ, ਹਾਂ, ਇਹ ਵਿੱਚ ਹਿੰਦੂ ਹੀ ਰਹਿੰਦੇ ਸੀ। ਅੱਛਾ, ਮੁਸਲਮਾਨ ਜ਼ਿਆਦਾ ਸੀ, ਹਿੰਦੂ ਥੋੜ੍ਹੇ ਸੀ, ਅਤੇ ਜੋੜ ਮੁਸਲਮਾਨਾਂ ਦਾ ਜ਼ਿਆਦਾ ਸੀ। ਅੱਛਾ, ਜਿਹੜੇ ਮੁਸਲਮਾਨ ਸੀ ਸਾਰੇ ਉੱਥੇ ਜੱਟ ਵਸਦੇ ਸੀਗੇ? ਨਹੀਂ, ਕਈ ਕੌਮਾਂ ਵਸਦੀਆਂ ਹਨ ਜੀ। ਅੱਛਾ, ਕੁਝ ਜੱਟ ਸੀ, ਕੁਛ ਤੇਲੀ ਸੀ, ਰਾਣੀ ਸੀ। ਅੱਛਾ, ਅਤੇ ਨਾ ਤਲਵੰਡੀ ਦੇ ਨੇੜੇ ਤੇੜੇ 2-4 ਪਿੰਡਾਂ ਦੇ ਨਾਂ ਦੱਸੋ ਤਾਂ। ਸਾਡੇ 2-3 ਪਿੰਡਾਂ ਦੇ ਨਾਂ ਜੀ, ਮੈਨੂੰ ਛੋਟਾ ਸੀ ਇੰਡੀਆ ਏਡੀ ਵਾਕਫੀ 'ਚ ਨਹੀਂ, ਫਤਿਹਗੜ੍ਹ ਦਾ ਪਤਾ ਸੀ, ਉਹ ਗੁਰਦਾਸਪੁਰ 'ਚ, ਉਹ ਲੈਨ ਅਸੀਂ ਟੱਪ ਕੇ ਜਾਈਦਾ ਸੀ ਅਤੇ ਗੁਰਦਾਸਪੁਰ ਆ ਜਾਂਦਾ ਸੀ, ਲੈਨ ਉਰਲੇ ਪਾਸੇ ਆਈਏ ਅਤੇ ਤਲਵੰਡੀ ਆ ਜਾਂਦੀ। ਅੱਛਾ, ਠੀਕ ਹੈ। ਅੱਛਾ, ਫਿਰ ਤੁਹਾਨੂੰ ਆਪਣਾ ਘਰ ਵੀ ਨਹੀਂ ਯਾਦ ਹੋਣਾ ਕਿ ਜਿੱਥੇ ਕਰਕੇ ਘਰ ਸੀਗਾ ਆਪਣਾ? ਘਰ ਮੈਨੂੰ ਯਾਦ ਨਹੀਂ, ਕਿਉਂ, ਮੈਂ ਛੋਟਾ ਸੀ, 3 ਸਾਲ ਦਾ ਕੀ ਬੱਚਾ ਹੁੰਦਾ। ਸਹੀ ਗੱਲ ਆ। ਹੈਂ। ਅੱਛਾ, ਫਿਰ ਤੁਸੀਂ ਕੀ, ਤੁਸੀਂ ਆਪਣੀ ਜਿਵੇਂ ਗੱਲ ਸੁਣਾਉਂਦੇ ਪਏ ਸੀਗੇ, ਫਿਰ ਸੁਣਾਓ ਆਪਣੇ ਜਦੋਂ ਉੱਥੋਂ ਉੱਠ ਕੇ ਉੱਜੜਨਾ ਪਿਆ ਤੁਹਾਨੂੰ? ਉੱਜੜਨਾ ਪਿਆ ਜੀ, ਫਿਰ ਅਸੀਂ, ਮੇਰੇ ਦਾਦੇ ਨੂੰ ਢੱਗਿਆਂ ਦਾ ਬੜਾ ਸ਼ੌਕ ਸੀ। ਅੱਛਾ,
ਉਹਨੇ ਦੋ ਢੱਗ ਬੱਧੇ, ਇੱਕ ਪਿੰਜਣੀ ਨਾਲ ਬੱਧਾ ਤੇ ਦੋ ਅੱਗੇ ਜੁੱਤੇ, ਇੱਕ ਉਸ ਪਿੰਜਣੀ ਨਾਲ ਬੱਧਾ, ਇੱਕ ਉਸ ਨਾਲ, ਦੋ ਅੱਗੇ ਜੁੱਤੇ। ਅੱਛਾ। ਤੇ ਉਹ ਫਿਰ ਅਸੀਂ ਸਿੱਖਾਂ ਨੇ ਸਾਨੂੰ ਨਿਗਾਹ ਤਾ, ਉਹ ਜਿਹੜੇ ਮਜ਼ਬੀ ਜਏ ਨਾ। ਅੱਛਾ। ਉਹਨਾਂ ਫਿਰ ਸਾਨੂੰ ਮੇਰੇ ਦਾਦੇ ਨੂੰ, ਮੇਰੇ ਦਾਦੇ ਨੇ ਕਿਹਾ ਵੀ ਤੁਸੀਂ ਚਾਰ ਬੰਦੇ ਮੈਨੂੰ ਪੈ ਲਓ ਤੇ ਮੈਂ ਇਕੱਲਾ ਹੋਣਾ। ਹੈਂ। ਠੀਕ ਆ। ਉਹ 100-200 ਬੰਦਾ ਸੀ, ਉਹਨਾਂ ਮੇਰੇ ਦਾਦੇ ਨੂੰ ਉੱਥੇ ਸ਼ਹੀਦ ਕਰ ਦਿੱਤਾ। ਤੇ ਮੇਰੀ ਫਿਰ ਦਾਦੀ ਸੀ ਉਸ ਵਕਤ, ਉਹਨੇ ਫਿਰ ਬੜਾ ਹਾੜਾ ਉਹਨਾਂ ਦਾ ਕੱਢਿਆ ਵੀ ਬੰਦਾ ਤੁਸੀਂ ਮੇਰਾ ਮਾਰ ਦਿੱਤਾ ਤੇ ਮੈਂ ਕਿਹਦੇ ਸਾਰੇ ਜੀਵਾਂਗੀ, ਜਾਂ ਤਾਂ ਪਹਿਲਾਂ ਮੈਨੂੰ ਮਾਰੋ ਤੇ ਮੈਂ, ਮੇਰਾ ਪੋਤਾ ਜੇ ਤੁਸੀਂ ਛੱਡਣਾ ਤੇ ਮੈਂ, ਮੈਨੂੰ ਇੱਦਾਂ ਕਰੋ ਵੀ ਮੇਰਾ ਪੋਤਾ ਛੱਡ ਦਿਓ, ਮੈਂ ਇਹਦੇ ਸਾਰੇ ਜ਼ਿੰਦਗੀ ਬਸਰ ਕਰ ਲਾਂਗੀ। ਉਹ ਫਿਰ 10 ਤੋਲੇ ਸੋਨਾ ਦਿੱਤਾ, 1 ਕਿਲੋ ਚਾਂਦੀ ਦਿੱਤੀ, 500 ਰੁਪਈਆ ਦਿੱਤਾ। ਅੱਛਾ। ਫਿਰ ਉਹਨਾਂ ਮੇਰੀ ਜਾਨ ਛੱਡੀ ਤੇ ਫਿਰ ਗੱਡਾ ਰੂਹ ਸਭ ਕੁਛ ਉੱਥੇ ਹੀ ਰਹਿ ਗਿਆ। ਮੈਂ ਅਸੀਂ ਇੰਨਾ ਪਾਣੀ ਸੀ, ਬੜਾ ਹਾਲ ਮੰਦਾ ਸੀ, ਇੱਦਾਂ ਬੰਦੇ ਮਰੇ, ਫੁੱਲੇ ਪਏ ਸੀ, ਬਾਰਿਸ਼ਾਂ ਪਰ ਬੇਹਿਸਾਬੀਆਂ ਹੁੰਦੀਆਂ ਸੀ। ਅਤੇ ਮੇਰੇ ਵਾਲਦ ਸਾਹਿਬ ਜਿਹੜੇ ਸੀ ਉਹ 3-4 ਮਹੀਨੇ ਤੋਂ ਬਾਅਦ ਉਹ ਫਿਰ ਆਏ। ਇੱਕ ਮੁਸਲਮਾਨਾਂ ਦੀ ਬੱਚੀ ਸੀ, ਉਹਨਾਂ ਘੇਰੀ ਹੋਈ ਸਿੱਖਾਂ ਨੇ, ਜਵਾਨ ਸੀ। ਅਤੇ ਉਹਨੇ ਮੇਰੇ ਵਾਲਦ ਨੂੰ ਪੁੱਛਿਆ ਵੀ ਤੂੰ ਇਹ ਦੱਸ ਵੀ ਤੂੰ ਮੁਸਲਮਾਨ ਆ। ਉਹਨੇ ਆਖਿਆ ਹਾਂ। ਅੱਛਾ। ਉਹਨੇ ਫਿਰ ਮੇਰੇ ਵਾਲਦ ਨੇ, ਉਹਨੇ ਰੂੜੀ ਸੀ ਪਿੱਛੇ, ਕੱਚੇ ਮਕਾਨ ਹੁੰਦੇ ਸੀ, ਉਸਨੇ ਛਾਲ ਮਾਰੀ, ਮੇਰੇ ਵਾਲਦ ਨੇ ਬਾਹਰ ਫੜ ਲਿਆ। ਬਾਹਰ ਫੜ ਲਿਆ ਤੇ ਦੋਵੇਂ ਭੱਜ ਪਏ ਅੱਗੇ। ਮੁਸਲਮਾਨਾਂ ਦੇ ਟਰੱਕ ਜਿਹੜੇ ਸੀ ਉਹ ਆਉਂਦੇ ਸੀ। ਅੱਛਾ। ਉਹਨਾਂ ਜੇ ਚਲੇ ਗਏ, ਫਿਰ ਇਹਨਾਂ ਸਾਡਿਆਂ ਮੁਸਲਮਾਨਾਂ ਨੇ ਫਾਇਰਿੰਗ ਖੋਲ੍ਹੀ, ਉਹ ਸਿੱਖ ਨੱਠ ਗਏ। ਫਿਰ ਉਹ ਗੱਡੀ 'ਚ ਬਹਿ ਕੇ ਉਹਦੇ ਲਾਹੌਰ ਆ ਗਏ, ਕਿ ਉਹ 5 ਮੀਲ ਸੀ ਸਫ਼ਰ ਸਾਰਾ ਅੰਮ੍ਰਿਤਸਰੋਂ। ਜਦੋਂ ਲਾਹੌਰ ਆ ਗਏ ਤੇ ਉਸ ਕੁੜੀ ਦੇ ਮਾਪੇ ਮਿਲ ਪਏ। ਉਹਨੇ ਕਿਹਾ ਭੈਣ ਦੁਆ ਕਰ ਵੀ ਮੇਰੇ ਵੀ ਮਾਪੇ ਮਿਲ। ਉਹ ਫਿਰ ਮੇਰੇ ਵਾਲਦ ਹੋਣੀ ਪਹਿਲਾਂ ਹੀ ਸਿਆਲਕੋਟ ਬੈਠੇ। ਸਿਆਲਕੋਟ ਤੋਂ ਫਿਰ ਮੇਰੇ ਤਾਏ ਦੀ ਰਿਸ਼ਤੇਦਾਰੀ ਸੀ ਇਸ ਪਿੰਡ 'ਚ, ਉਹ ਫਿਰ ਇੱਥੇ ਆ ਗਏ ਬਾਹਰ 'ਚ। ਸਾਡੇ ਅਸੀਂ ਵਤਨ ਖੂਹਾਂ ਦੀ ਵਾਈ ਸੀ, ਇੱਥੇ ਬਾਹਰ 'ਚ ਵੀ ਨਹਿਰ ਦੀ ਵਾਈ। ਇੱਥੇ ਜਦੋਂ ਅਸੀਂ ਇੱਥੇ ਆ ਗਏ ਨਾ, ਤੇ ਇੱਥੇ ਆਣ ਕੇ ਤੇ ਫਿਰ ਮੇਰਾ ਵਾਲਦ ਜਿਹੜਾ ਉਹ 6 ਮਹੀਨੇ ਬਾਅਦ ਮਿਲਿਆ ਮੇਰੀ। ਮੈਂ ਵਾਲਦਾ ਦੇ ਨਾਲ ਹੀ ਰਿਹਾ, ਦਾਦੀ ਆਪਣੀ ਦੇ। ਦਾਦੀ ਨੇ ਮੈਨੂੰ ਸਾਰਾ ਕੁਛ ਕੀਤਾ, ਪਾਲਿਆ, ਸਾਰਾ ਕੁਛ ਕੀਤਾ। ਮੇਰੀ ਵਾਲਦਾ ਅਤੇ ਸਿਆਹ ਆਪਣੇ ਕੁਝਣਾ ਵਾਲੇ ਸੀ, ਅਸੀਂ 2 ਭਰਾ ਸੀ ਉਦੋਂ। ਇੱਕ ਮੇਰੇ ਤੋਂ ਛੋਟਾ ਕੋਈ 5-7-10 ਦਿਨਾਂ ਦਾ, ਉਹ ਵੀ ਸੀ। ਤੇ ਉਹ ਉੱਥੇ ਸੀ, ਉਹਨੂੰ ਲੈ ਕੇ ਮੇਰੀ ਦਾਦੀ ਨੇ ਇੱਥੇ। ਫਿਰ ਮੇਰਾ ਪਿਓ ਇੱਥੋਂ ਇੱਥੇ ਡਿਚਕੋਟ ਆ, ਇੱਥੋਂ ਫਿਰ ਕਿਸੇ ਨੇ ਉਹਨਾਂ ਸਾਡੇ ਪਿੰਡ ਦੇ ਇੱਥੇ ਤੇਲੀ ਸੀ, ਉਹਨਾਂ ਨੇ ਦੱਸਿਆ ਵੀ ਬਲਾਕੀ ਚੱਕ ਆ। ਫਿਰ ਸਾਡਾ ਵਾਲਦ ਇੱਥੇ ਬਲਾਕੀ ਚੱਕ ਆ ਗਿਆ। ਫਿਰ ਅਸੀਂ ਬੜੀ ਖੁਸ਼ੀ ਕੀਤੀ ਵੀ ਚਲੋ ਸਾਡਾ ਵਾਲਦ ਤਾਂ ਬਚ ਗਿਆ ਨਾ, ਉੱਥੇ ਤਾਂ ਨਹੀਂ। ਅਤੇ ਹੋਰ ਹਾਲ ਉੱਥੇ ਉਦੋਂ ਕੋਈ ਕੁੜੀ ਦੇ ਮਾਪੇ ਮਿਲ ਪਏ। ਉਹਨੇ ਕਿਹਾ ਭੈਣ ਦੁਆ ਕਰ ਵੀ ਮੇਰੇ ਵੀ ਮਾਪੇ ਮਿਲ। ਉਹ ਫਿਰ ਮੇਰੇ ਵਾਲਦ ਹੋਣੀ ਪਹਿਲਾਂ ਹੀ ਸਿਆਲਕੋਟ ਬੈਠੇ। ਸਿਆਲਕੋਟ ਤੋਂ ਫਿਰ ਮੇਰੇ ਤਾਏ ਦੀ ਰਿਸ਼ਤੇਦਾਰੀ ਸੀ ਇਸ ਪਿੰਡ 'ਚ, ਉਹ ਫਿਰ ਇੱਥੇ ਆ ਗਏ ਬਾਹਰ 'ਚ। ਸਾਡੇ ਅਸੀਂ ਵਤਨ ਖੂਹਾਂ ਦੀ ਵਾਈ ਸੀ, ਇੱਥੇ ਬਾਹਰ 'ਚ ਵੀ ਨਹਿਰ ਦੀ ਵਾਈ। ਇੱਥੇ ਜਦੋਂ ਅਸੀਂ ਇੱਥੇ ਆ ਗਏ ਨਾ, ਤੇ ਇੱਥੇ ਆਣ ਕੇ ਤੇ ਫਿਰ
ਮੇਰਾ ਵਾਲਦ ਜਿਹੜਾ ਉਹ 6 ਮਹੀਨੇ ਬਾਅਦ ਮਿਲਿਆ ਮੇਰੀ, ਮੈਂ ਵਾਲਦਾ ਦੇ ਨਾਲ ਹੀ ਰਿਹਾ, ਦਾਦੀ ਆਪਣੀ ਦੇ, ਦਾਦੀ ਨੇ ਮੈਨੂੰ ਸਾਰਾ ਕੁਛ ਕੀਤਾ, ਪਾਲਿਆ, ਸਾਰਾ ਕੁਛ ਕੀਤਾ। ਮੇਰੀ ਵਾਲਦਾ ਅਤੇ ਸਿਆਹ ਆਪਣੇ ਕੁਝਣਾ ਵਾਲੇ ਸੀ, ਅਸੀਂ 2 ਭਰਾ ਸੀ ਉਦੋਂ, ਇੱਕ ਮੇਰੇ ਤੋਂ ਛੋਟਾ ਕੋਈ 5-7 ਦਿਨਾਂ ਦਾ, ਉਹ ਵੀ ਸੀ, ਅਤੇ ਉਹ ਉੱਥੇ ਸੀ, ਉਹਨੂੰ ਲੈ ਕੇ ਮੇਰੀ ਦਾਦੀ ਨੇ ਇੱਥੇ, ਫਿਰ ਮੇਰਾ ਪਿਓ ਇੱਥੋਂ ਇੱਥੇ ਡਿਟਕੋਟ ਆ, ਇੱਥੋਂ ਫਿਰ ਕਿਸੇ ਨੇ ਉਹਨਾਂ ਸਾਡੇ ਪਿੰਡ ਦੇ ਇੱਥੇ ਤੇਲੀ ਸੀ, ਉਹਨਾਂ ਨੇ ਦੱਸਿਆ ਵੀ ਬਲਾਕੀ ਚੱਕ ਆ, ਫਿਰ ਸਾਡਾ ਵਾਲਦ ਇੱਥੇ ਬਲਾਕੀ ਚੱਕ ਆ ਗਿਆ। ਫਿਰ ਅਸੀਂ ਬੜੀ ਖੁਸ਼ੀ ਕੀਤੀ ਵੀ ਚਲੋ ਸਾਡਾ ਵਾਲਦ ਤਾਂ ਬਚ ਗਿਆ ਨਾ, ਪਰ ਉੱਥੇ ਤਾਂ ਨਹੀਂ, ਅਤੇ ਹੋਰ ਹਾਲ ਉੱਥੇ ਉਦੋਂ ਕੋਈ ਨਹੀਂ ਸੀ, ਅੱਲਾ ਜਾਣਦਾ, ਕੋਈ ਖੂਹਾਂ ਨਾਲ ਬੱਚੀਆਂ ਦਾ ਭਰਿਆ ਪਿਆ ਸੀ। ਉਹਨਾਂ ਆਖਣਾ ਵੀ ਅਸੀਂ ਇਹਦੇ 'ਤੇ ਨਹੀਂ ਲੁੱਟਾਉਣੀ, ਅਤੇ ਅਸੀਂ ਖੂਹ 'ਚ ਛਾਲਾਂ ਮਾਰਤੀ ਜਾਂ ਦਰਿਆ 'ਚ ਛਾਲਾਂ ਮਾਰ ਕੇ ਪੀ, ਏਡੀਆਂ ਗੈਰਤਵੰਦ ਬੱਚੀਆਂ ਸੀ। ਗੁਜਰਨ ਵਾਲੇ ਤੁਹਾਡੀ ਅੰਮੀ ਆਪਣੇ ਪੇਕਿਆਂ 'ਤੇ ਗਈ ਸੀਗੀ? ਮੇਰੇ ਉਹ ਵੀ ਉੱਥੇ ਬਹਿ ਗਏ ਨਾ, ਮੇਰੇ ਮਾਮੇ ਹੈ ਉਹਨਾਂ ਕੋਲ, ਆਪਣੇ ਭਰਾਵਾਂ ਦੇ ਕੋਲ ਪਹਿਲੇ ਗਈ ਸੀ ਕਿਤੇ, ਉਹਨਾਂ ਦੇ ਨਾਲ ਹੀ ਨਾ ਜਦੋਂ ਜੱਸਾ ਪਿਆ ਤਾਂ ਉਹਨਾਂ ਦੇ ਨਾਲ ਰਲ ਗਈ, ਉਹ ਮੇਰੀ ਵਾਲਦਾ ਜਿਹੜੀ ਸੀ ਨਾ ਉਹਨਾਂ ਦੇ ਨਾਲ ਰਲ ਗਈ, ਉਹ ਫਿਰ ਉਹਨਾਂ ਦੇ ਨਾਲ ਅਲੀ ਅਸੀਂ, ਮੇਰਾ ਤਾਇਆ ਸੀ ਅੱਲਾ ਉਹਨੂੰ ਜੰਤ ਨਸੀਬ ਕਰੇ ਮਰ ਗਿਆ, ਅਤੇ ਮੈਂ ਸੀ, ਅਸੀਂ 3-4 ਜਣੇ ਸੀ ਉੱਥੋਂ, ਤਾਇਆ ਵੀ ਫਿਰ ਵਿਛੜ ਗਿਆ ਸਾਡੇ ਤੋਂ, ਫਿਰ ਮੈਂ ਅਤੇ ਮੇਰਾ ਬਾਬਾ ਅਤੇ ਮੇਰੀ ਦਾਦੀ। ਨਹੀਂ ਇਹ ਕੁਝ ਤੁਸੀਂ ਯਾਦ ਕਰਕੇ ਦੱਸੋ ਵੀ ਜਿੱਥੋਂ ਤੁਸੀਂ ਸਾਰੇ ਵਿਛੜੇ ਪਏ ਹੈਗੇ ਆ, ਉਹ ਜਗ੍ਹਾ ਕਿਹੜੀ ਸੀਗੀ? ਉਹ ਜਗ੍ਹਾ ਜੀ ਅੰਮ੍ਰਿਤਸਰ ਸੀ, ਆਪਣਾ ਅਜਨਾਲਾ ਤਹਿਸੀਲ ਹੈ, ਨਾਹਰ ਤਲਵੰਡੀ। ਨਹੀਂ ਉਹ ਤਾਂ ਪਿੰਡ ਸੀਗਾ ਨਾ ਜਿੱਥੋਂ ਤੁਸੀਂ ਰਹਿਣ ਵਾਲੇ, ਜਿੱਥੋਂ ਤੁਸੀਂ ਵਿਛੜੇ ਹੈਗੇ ਆ ਉਹ, ਯਾਨੀ ਕਿ ਜਗ੍ਹਾ ਜਿੱਥੋਂ ਤੁਸੀਂ ਸਾਰੇ ਅੱਡ ਹੋ ਗਏ ਜਾਂ ਘਰੋਂ, ਉੱਥੇ ਤੁਹਾਡੇ ਜੱਥਾ ਪਿੰਡ 'ਤੇ ਪਿਆ ਤਾਂ? ਉਹ ਨਾ ਜੀ ਦਰਿਆ ਤੋਂ ਆਣ ਕੇ ਅਸੀਂ ਲੱਗ ਹੋਏ ਹਾਂ, ਉੱਥੇ ਜੱਥਾ ਪਿਆ ਨਾ, ਅਤੇ ਕਈਆਂ ਨੇ ਨਹਿਰਾਂ 'ਚ ਦਰਿਆ ਛਾਲਾਂ ਮਾਰ ਦਿੱਤੀ, ਕੋਈ ਆਪਣੀ ਆਪਣੀ ਜਾਨਾਂ ਜਾਨੀ ਭੱਜ ਜਾਨ, ਕੋਈ ਕੋਈ ਬਚ ਗਿਆ, ਕੋਈ ਮਰ ਗਿਆ, ਕੋਈ ਇੱਦਾਂ, ਮਤਲਬ ਉਦੋਂ ਹੋਈ। ਤੁਹਾਨੂੰ ਯਾਦ ਪੈਂਦਾ ਵੀ ਤੁਹਾਨੂੰ ਉਸ ਵੇਲੇ ਕਿਹਨੇ ਚੁੱਕਿਆ ਸੀ? ਮੇਰੀ ਦਾਦੀ ਨੇ ਮੈਨੂੰ ਚੁੱਕਿਆ ਸੀ। ਅੱਛਾ। ਹਾਂ ਮੇਰੀ ਦਾਦੀ ਬੜੀ ਜਵਾਨ ਸੀ। ਅੱਛਾ। ਉਹਨੇ ਮੈਨੂੰ ਫਿਰ ਚੁੱਕਿਆ। ਹਾਂ ਹਾਂ ਮੇਰਾ ਇੱਥੇ ਬਾਹਰ ਇੱਕ ਭਰਾ ਬੈਠਾ, ਤਾਏ ਦਾ ਪੁੱਤ, ਇਹ ਮੇਥੋਂ ਵੱਡਾ ਸੀ, ਇਹਨੂੰ ਇਹਨੂੰ ਇੰਨਾ ਨਹੀਂ ਪਤਾ, ਇਹਨੂੰ ਵੀ ਇੰਨਾ ਨਹੀਂ ਪਤਾ, ਅਤੇ ਮੈਂ ਕੋਈ ਹੁਸ਼ਿਆਰ ਸੀ ਅਤੇ ਮੈਨੂੰ ਪਤਾ ਸੀ, ਬੜੀ ਔਖੀ ਜਾਨ ਬਚਾ ਕੇ ਅਸੀਂ ਪਹੁੰਚੇ। ਫਿਰ ਜ਼ਿਆਦਾਤਰ ਤੁਹਾਡੀ ਗੱਲਾਂ ਤੁਹਾਡੇ ਉਹ ਮਾਂ ਪਿਓ ਸੁਣਾਉਂਦੇ ਹੋਣੇ ਵੀ ਉੱਥੇ ਕਿੱਦਾਂ ਪਿੰਡ ਵਿੱਚ ਰਹਿੰਦੇ ਸੀਗੇ ਜਾਂ ਕੀ ਹਿਸਾਬ ਕਿਤਾਬ ਸੀਗਾ? ਉਹ ਸੁਣਾਉਂਦੇ ਸੀ ਨਾ ਜੀ। ਅੱਛਾ ਇਹ ਦੱਸੋ ਵੀ ਤੁਸੀਂ ਤੁਹਾਡੇ ਦੌਰ 'ਚ ਛੋਟੇ ਹੁੰਦੇ ਜਿਵੇਂ ਬੱਚੇ ਖੇਡਾਂ ਖੇਡਦੇ ਆ, ਤੁਸੀਂ ਕਿਹੜੀਆਂ ਖੇਡਾਂ ਖੇਡੀਆਂ? ਅਸੀਂ ਆਪਣਾ ਉਦੋਂ ਟਾਪੂ ਵੀ ਉਦੋਂ ਹੁੰਦਾ ਸੀ, ਹੈਂ ਇਹ ਖੇਡਦੇ ਖੂਡਦੇ ਹੁੰਦੇ ਨਿੱਕੇ ਜਿਹੇ ਸੀ ਉਦੋਂ, ਹੈਂ ਫਿਰ ਇੱਧਰ ਆਣ ਕੇ ਅਤੇ ਫਿਰ ਹੋਸ਼ ਆਈ, ਇੱਧਰ ਆਣ ਕੇ ਜਵਾਨੀ ਹੋਈ, ਸਾਰਾ ਕੁਛ ਹੋਇਆ ਇੱਥੇ ਹੀ ਆਣ ਕੇ। ਸਕੂਲੇ ਗਏ ਤੁਸੀਂ? ਮੈਂ ਸਕੂਲੇ ਗਿਆ ਸੀ, ਮੈਂ ਥੋੜ੍ਹਾ ਚਿਰ ਪੱਕੀ ਦਾ ਕਾਇਦਾ ਹੀ ਪੜਿਆ ਅਤੇ ਮੈਂ ਫਿਰ ਛੱਡ ਦਿੱਤਾ। ਕੀ ਵਜ੍ਹਾ ਬਣੀ? ਬਸ ਮਾਸਟਰ ਸੀ ਇਹ ਅਫਜ਼ਲ ਸੀ ਉਹਦਾ ਨਾਮ, ਮਰ ਗਿਆ ਹੋਣਾ ਬੜੇ ਚਿਰ, ਉਹਨੂੰ ਸਿਆਣਾ ਤੁਹਾਡੇ ਰਹੇ ਉਹਨੇ, ਮੈਂ ਨਾ ਉਹ ਇੱਕ ਮੁੰਡਾ ਸ਼ਰਾਰਤਾਂ ਕਰੇ, ਮੈਂ ਉਹਨੂੰ ਚੰਡ ਲਾ ਦਿੱਤੀ। ਅੱਛਾ। ਉਹਨੇ ਮੇਰੇ ਲੱਕ 'ਚ ਫੱਟੀ ਮਾਰੀ, ਮੇਰੀ ਜਾਨ ਨਿਕਲੇ ਫੱਟੀ, ਇੰਨੀ ਉਹ ਫੱਟੀ ਮਾਰੀ। ਮੈਂ ਫਿਰ ਇੱਦਾਂ ਕੀਤਾ ਵੀ ਉਹ ਫੱਟੀ ਆਪਣੀ ਫੜੀ, ਇੱਕ ਝੋਲਾ ਜਿਹਾ ਸੀ ਅਤੇ ਕਾਇਦਾ ਸੀ, ਹੈਂ ਜਾਂ ਦੁਆਤ ਹੁੰਦੀ, ਹੁਣ 'ਚ ਬਹੁਤ ਆਣ ਕੇ ਕੰਮ ਚੱਲਿਆ। ਅਤੇ ਉਹ ਮਾਸਟਰ ਤੋਂ ਫਿਰ ਮੈਂ ਗਿੱਟੇ 'ਤੇ ਮਾਰੀ ਫੱਟੀ, ਮੈਂ ਫਿਰ ਨੱਠ ਪਿਆ। ਉਹ ਮੁੰਡੇ ਉਹਨੇ ਕੋਈ ਤੀਸਰੀ ਜਮਾਤ ਦੇ ਨਾਲ ਲਾਏ, ਉਹ ਇੱਕ ਮੁੰਡਾ ਮੇਰੇ ਲਾਗੇ ਮੈਨੂੰ ਫੜਨ ਨੂੰ, ਉਹਨੇ ਮੈਨੂੰ ਫੱਟੀ ਮਾਰੀ ਨੱਕ 'ਤੇ, ਉਹ ਜੋ ਉਹ ਬਹਿ ਗਿਆ ਅਤੇ ਬਾਕੀ ਉਹ ਸਾਰੇ ਭੱਜ ਗਏ। ਫਿਰ ਫਿਰ ਮੇਰਾ ਛੋਟਾ ਭਰਾ ਸੀ ਉਹ ਪੜਿਆ, ਫਿਰ ਉਹ ਫੌਜ 'ਚ ਰਿਹਾ। ਮੈਂ ਅੱਲਾ ਪਾਕ ਦੇ ਰੰਗ ਆ, ਮੈਨੂੰ ਪੜ੍ਹ ਬੰਦਾ ਅੰਗੂਠਾ ਲਾ, ਹੈਂ ਮੈਂ
ਆਪਣਾ ਵਾਪਰਾ ਚ ਹੋ ਗਿਆ। ਅੱਛਾ। ਵਾਪਰਾ ਚ ਹੋ ਗਿਆ, ਉੱਥੇ ਉੱਧਰ ਇਸਲਾਮਾਬਾਦ ਹੀ ਰਿਹਾ ਮੈਂ ਕਾਫੀ ਅਰਸਾ। ਉੱਥੋਂ ਮੈਂ ਫਿਰ ਸਨ ਆਪਣੇ 2003 'ਚ ਮੈਂ ਰਿਟਾਇਰ ਹੋਇਆ ਵਾਪਰਾ ਚੋਂ। ਵਾਪਰਾ ਚੋਂ ਕੀ ਰਿਟਾਇਰ ਹੋਏ ਤੁਸੀਂ? ਮੈਂ ਲਾਰੀ ਕਲੈਂਡਰ ਰਿਹਾ। ਹੈਂ, ਚਲੋ ਠੀਕ ਆ। ਹਾਂ, ਉੱਥੇ ਮੈਂ ਰਿਟਾਇਰ ਰਿਹਾ। ਮੈਂ ਹੁਣ ਪੈਨਸ਼ਨ 10,000। ਅੱਛਾ, ਫਿਰ ਤੁਸੀਂ ਜ਼ਿਆਦਾਤਰ ਰਿਹਾ ਦਾਦੀ ਦੇ ਨਾਲ। ਹਾਂ, ਦਾਦੀ ਦੀ ਕੋਈ ਹੋਰ ਗੱਲਬਾਤ ਸੁਣਾਓ। ਉਹ ਮੈਨੂੰ ਖਾਸ ਮਲੂਮ ਨਹੀਂ। ਹੈਂ, ਦਾਦੀ ਦੀ ਮੇਰੀ ਗੱਲ ਇਹ ਆ, ਇੱਕ ਵਾਰੀ ਮੈਂ ਯਾਦ ਆ ਗਈ ਮੈਨੂੰ, ਇੱਕ ਸਾਡੇ ਨੇੜਿਓ ਸੀ, ਰਿਸ਼ਤੇਦਾਰ ਸੀ, ਉਹ ਬੈਠੀ ਸੀ ਢੱਗੇ ਦੇ ਉੱਤੇ, ਉੱਤੇ ਬਿਸਤਰਾ ਪਾਇਆ ਸੀ ਨਾ ਢੱਗੇ ਦੇ, ਉਹ ਸਿੱਖ ਚ ਪਏ, ਉਹ ਦਾਦੇ ਨੂੰ ਵਰਸ਼ੀਆਂ ਮਾਰੀਆਂ ਉਹਦੇ ਨੂੰ, ਉਹ ਫਿਰ ਉਹ ਡਿੱਗ ਪਈ। ਉਹ ਫਿਰ ਮੇਰੀ ਦਾਦੀ ਨੇ ਚੁੱਕ ਕੇ ਲਿਆਂਦੇ। ਫਿਰ ਉਹਨਾਂ ਨੂੰ ਜਦੋਂ ਜਿੱਥੇ ਜਿੱਥੇ ਬੈਠੇ ਨਾ, ਫਿਰ ਉਹਨਾਂ ਨੂੰ ਉਹ ਬੱਚੀ ਅਸੀਂ ਦਿੱਤੀ। ਤੇ ਤੁਹਾਡੇ ਅੱਬੇ ਹੋਣੀ ਫਿਰ ਕੀ ਗੱਲਾਂ ਸੁਣਾਉਂਦੇ ਸੀਗੇ? ਉਹ ਕਿੱਦਾਂ ਬਚ ਕੇ ਆਏ ਤੁਹਾਡੇ ਅੱਬੇ ਹੋਣੀ? ਉਹ ਨਾ ਆਉਂਦੇ, ਕਮਾਦ 'ਚ ਅਸੀਂ ਲੁਕੇ ਰਹੇ, ਇੱਕ ਗੰਨੇ ਚੂਪ ਛਾਣੀ ਅਤੇ ਉੱਥੇ ਰਹਿ ਦੇਣਾ। ਉਹ ਸਾਈ ਜਿਹੜਾ ਰੱਖਿਆ ਸੀ, ਉਹ ਰੋਟੀ ਉਹ ਪਹੁੰਚਾ ਦਿੰਦਾ ਸੀ, ਮਾਲ ਸਾਰਾ ਉਹਨੂੰ ਦੇ ਆਇਆ ਨਾ, ਘਰ ਬਾਰ ਸਾਰਾ ਕੁਛ ਕੁਛ ਨਹੀਂ ਆਉਂਦਾ ਸੀ। ਅੱਲਾ ਨੇ ਫਿਰ ਇੱਥੇ ਸਭ ਕੁਛ ਦੇ ਦਿੱਤਾ, ਸ਼ੁਕਰ ਆ ਉਹਦੀ ਦਾਤ ਦਾ, ਲੱਖ ਸ਼ੁਕਰ। ਹੈਂ, ਕੀ ਨਾਂ ਦੱਸਦੇ ਸੀ ਉਸ ਈਸਾਈ ਦਾ? ਈਸਾਈ ਦਾ ਨਾਂ ਨਹੀਂ ਮੈਨੂੰ ਯਾਦ, ਉਹਦਾ ਮੈਨੂੰ ਨਾਂ ਨਹੀਂ ਯਾਦ ਹੈ ਵੀ ਉਹਦਾ ਕੀ ਨਾਂ ਸੀ। ਚਲੋ ਬਜ਼ੁਰਗ, ਬੜੀ ਮਿਹਰਬਾਨੀ।